काम है, चादर पर बैठने का 500 रुपया पुराने तकिए पर, 150 रुपया नए तकिए पर, 200 रुपया गालदान, 100 रुपया ऐवी बंदा फजूल खर्ची करे। मैं शेख हां, घरों ही लाया सारा कुछ। समान खजल होंगे ਇਸੇ ਚੀਜ਼ ਦੀ ਕਮੀ ਜਿਹੜੀ ਇੱਥੇ ਲੈ ਆਉਂਦੀ ਹੈ। ਸੱਕੇ ਜਾਓ ਸ਼ੇਖ। ਨਾਲੇ ਜੇ ਅਸੀਂ ਉੱਥੋਂ ਲੈ ਗਏ ਤਾਂ ਤੁਹਾਡੀਆਂ ਦੁਕਾਨਾਂ ਕਿਵੇਂ ਚੱਲਣ? ਹਮਨੇ ਕਹਾ ਕੁਝ ਖਾਏ ਪੀਏਗੇ। ਖਾਣਾ ਪੀਣਾ ਇਹ ਤਾਂ ਤਮਾਸ਼ ਵੀ ਨਹੀਂ, ਤੁਹਾਡਾ ਆਪੂ ਹੈ। ਇੱਥੇ ਹਮਾਰਾ ਹੋਰ ਬੰਦਾ ਵੀ ਬੈਠਾ ਇੱਥੇ ਕੋਈ। ਤੁਹਾਡੀ ਗੱਲ ਹੋਈ, ਬੁਝੇ ਗਿਆ ਸਰ। ਸ਼ੇਖ ਸਾਹਿਬ ਆਪਣੇ ਮੁਜਰੇ ਨਾ ਮੁਜਰੇ ਰੱਖੋ। ਹਜ਼ੂਰ ਆਪ ਕੀ ਪੀਏਗੇ? ਹਾਂਜੀ ਆਪ ਕੀ ਲੇਗੇ? ਇੱਥੇ ਕੋਠੇ ਤੇ ਆ ਕੇ ਬੰਦਾ ਕੀ ਕਰਦਾ ਸਾਥ ਯਾਰ? ਕੀਤੀ ਸੀ। ਚਲਿਏ ਆਪਕੋ ਨਦੀ ਪਰ ਲੇਕਰ ਚਲੇ।
ਦੇਖੋ ਤੇ ਸਹੀ ਨਾ ਕਿਆ ਹੈ ਇਹ ਆਪ ਜੋ ਪੈਦਾ ਹੋ ਗਿਆ ਹੌਲੀ ਹੌਲੀ ਟੁਰਨਾ ਹੌਲੀ 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 ਟੁਰਨਾ ਓਮ ਮੰਗਲਮ ਸਵਾਹਾ ਸਮੇ ਬੜਾ ਅੱਛਾ ਹੋ ਗਿਆ ਚਲੋ ਆਪ ਪਿਤਾ ਕੇ ਪਹੁੰਚੂ ਆਪਣਾ ਸ਼ਾਦੀ ਹੋ ਗਈ ਸ਼ਾਦੀ ਅਜਾ ਫਦਾਨ ਲੈ ਗਿਆ ਸ਼ਾਦੀ ਹੋ ਗਈ ਅੱਛਾ ਹੱਥ ਕੋਈ ਨਾ ਮਾਰੇ ਪ੍ਰਸ਼ਾਦ ਮੈਂ ਆਪ ਦਿਆਂਗਾ ਉਹ ਭਾਈ ਇੱਕ ਫੇਰ ਇਹਦੇ ਕਿੰਨੇ ਪੈਸੇ ਲੈਣਾ ਬੜੀ ਠੰਡ ਹੋਣੀ ਉੱਥੇ ਚਲੀਏ ਚਲੋ ਬੈਠੋ ਫਿਰ ਤੁਸੀਂ ਅਸੀਂ ਚੱਲੇ ਦਰਿਆ ਦੇ ਆਪਣੀ ਕਰਵੇਸ ਇਹ ਗਰੀਬ ਆਦਮੀ ਜਿਹਨਾਂ ਕੋਲ ਕਰਵੇਸ ਹੀ ਕੋ ਨੀ ਪੈਦਲ ਲੈ ਜਾ ਏਡੀ ਤੇਰੀ ਲਗਜ਼ਰੀ ਸਾਈਕਲ ਅੱਲਾ ਦੀ ਮਿਹਰਬਾਨੀ ਨਾਲ ਗੱਡੀ ਅੰਦਰ ਲੈਣ ਦੀ ਮੈਨੂੰ ਕੀ ਪਤਾ ਕੁੱਤੇ ਦੀ ਨਸਲ ਤੈਨੂੰ ਪਤਾ ਮੈਂ ਤੈਨੂੰ ਪਹਿਲਾਂ ਕਿਹਾ ਮੈਂ ਆਪ ਤਮਾਸ਼ ਬਿਨਾਂ ਸਟਾਫ ਨਹੀਂ ਥੱਲੇ ਉੱਤਰ ਪੁੱਲ ਲੰਘਣਾ ਥੱਲੇ ਉੱਤਰ ਮੈਨੂੰ ਬੜੀ ਮਾਰ ਪਈ ਦੱਸ ਮੈਨੂੰ ਮੇਰਾ ਅੱਬਾ ਕੌਣ ਹੈ ਇਹਨੂੰ ਪੁੱਛ ਮੈਂ 17 ਦੇ ਬੈਠਾ ਹਰ ਗੱਲ ਮੈਨੂੰ ਪੁੱਛ ਕਫਲ ਬਣ ਕੇ ਆ ਗਏ ਤੂੰ ਯਾਰ ਕਿੰਨੇ ਵਜੇ ਕੰਮ ਸ਼ੁਰੂ ਕਰਾਉਣਾ ਸਾਲਿਆ ਖੁਦਾ ਦੀ ਕਸਮੇ ਜ਼ਰਾ ਵੀ ਤਮਾਸ਼ਵੇ ਨਹੀਂ ਲੱਗਣ ਡਿਆ ਮੈਂ ਮਾਲਸ਼ੀਆ ਮੰਗਵਾਇਆ ਪੈਟਰੋਲ ਵੇਚਣ ਡਿਆ ਮੈਂ ਤੈਨੂੰ ਪਰਚੀਆਂ ਦੇ ਗੰਦੀ ਨਸਲ ਦਾ ਬੱਚਾ ਤੂੰ ਵੈਸੇ ਆਪਣੀ ਖੁਸ਼ੀ ਨੂੰ ਜਿੰਨਾ ਮਰਜ਼ੀ ਦੇ ਦੇ ਭਾਈ ਜੀ ਕੀ ਕਾਰੋਬਾਰ ਹੈ ਤੁਹਾਡਾ ਮੰਮਣੀ ਵਾਲਾ ਜੀ ਇਹ ਭਾਈ ਸਾਹਿਬ ਤਾਜਰ ਜੀ ਮੇਰੀ ਗੱਲ ਕਰ ਰਿਹਾ ਜੀ ਤੁਹਾਨੂੰ ਪੁੱਛ ਰਿਹਾ ਘੁੰਮਣ ਵਾਲੇ ਪੱਖੇ ਬਣਾਈ ਦੇਣੇ ਜੀ ਕੁਜਰਾਂ ਵਾਲੇ ਤੇ ਜੇ ਕੋਈ ਘੁੰਮਣ ਵਾਲੀ ਔਰਤ ਬਣਾਵੇ ਤਾਂ ਮੈਨੂੰ ਦਈ ਘੁੰਮਦੀ ਰਵੇ ਮੇਰੇ ਆਸੇ ਪਾਸੇ ਕੀ ਹੋਇਆ ਉਹ ਕੁੜੀ ਗਾਣਾ ਕਰਨ ਲਈ ਉਹਦੇ ਸਟੈਪ ਥੱਲੇ ਰੱਖਣਾ ਮੈਂ ਇਹ ਵੱਖਰਾ ਤਮਾਸ਼ਬੀਨ ਵੀ ਨਾਲ ਸਾਇੰਸਦਾਨ ਵੀ ਅੱਛਾ ਭਾਜੀ ਇੱਥੇ ਕੋਈ ਛਾਪਾ ਛੁਪਾ ਤਾਂ ਨਹੀਂ ਪੈਂਦਾ ਇੱਕ ਵਜੇ ਤੋਂ ਬਾਅਦ ਕਰਨਾ ਡਰਾਮਾ ਇਹਦਾ ਮਤਲਬ ਇੱਕ ਵਜੇ ਤੋਂ ਪਹਿਲਾਂ ਚੱਲਿਆ ਨਹੀਂ ਚਾਹੀਦਾ ਕੀ ਸਮਝੋ ਬਾਬਾ ਜੀ ਹਾਂਜੀ ਇਹ ਤਾਂ ਮੈਨੂੰ ਅੰਨੇ ਲੱਗਦੇ ਨੇ ਬਜ਼ੁਰਗ ਤੇ ਮੰਨੇ ਲੱਗਦੇ ਨੇ ਅੱਛਾ ਦਾ ਨੂਰ ਕੋਈ ਨਹੀਂ ਸ਼ੇਖ ਜੀ ਹਾਂਜੀ ਕਿਤੇ ਹੋਰ ਲੈ ਚੱਲੋ ਜੀ ਨਹੀਂ ਖਵਾਉਂਦਾ ਤੇ ਹੋਰ ਮੈਂ ਤੈਨੂੰ ਦਾਤਾ ਸਾਹਿਬ ਲੈ ਚੱਲਾਂ ਯਾਰ ਘਬਰਾ ਗਿਆ ਤੂੰ ਇੱਥੇ ਹੁਣੇ ਪਤਾ ਲੱਗ ਜਾਂਦਾ ਕਿਹੜਾ ਹੈ ਚਾਚਾ ਖੈਰ ਨਾ ਬੈਠਾ ਸੁਣਨਾ ਹੋਰ ਫਾਤਿਆ ਪੜ੍ਹਨ ਆਏ ਆ
ਗੁਜਰਾ ਸੁਣਨਾ ਆਹੋ ਤੇ ਕੈਸੀ ਬੱਚੀ ਹੋਣੀ ਚਾਹੀਦੀ ਸਦਲਾ ਮੈਂ ਤੇ ਮਹਿਸੂਸ ਹੀ ਕਰਦੀ ਹੁੰਦੀ ਜਿਹੋ ਜਿਹੀ ਮਰਜ਼ੀ ਨਹੀਂ ਚਾਹੀ ਜਾਓ ਮੈਂ ਪੱਤੋ ਕੀ ਮੈਂ ਗਿਆ ਕੰਜਰਾਂ ਨੇ ਮੇਰੇ ਅੱਗੇ ਬਾਂਦਰੀ ਨਹੀਂ ਚਾ ਕੇ ਮੇਰੇ ਕੋਲ ਪੈਸੇ ਲੈ ਲਏ ਸਨ ਪੱਤੋ ਕੀ ਕੰਜਰਾਂ ਨੇ ਕਰ ਗਿਆ ਸੀ ਹਾਂਜੀ ਉਹ ਜਿਹਨਾਂ ਦਾ ਮੁੰਡਾ ਪੱਖੇ ਬਣਾਉਂਦਾ ਏਡੀ ਦੂਰ ਖੱਜਲ ਹੋਇਆ ਬਾਂਦਰੀ ਨਚਾਤੀ ਅਗਲਿਆਂ ਨੇ ਤੇਰੇ ਸਾਹਮਣੇ ਇਹਨੂੰ ਦੇ ਪੈਸੇ ਉਹ ਘਬਰਾ ਲੈ ਯਾਰ ਜਿੰਨੇ ਮਰਜ਼ੀ ਦੇਈ ਜਾਓ ਹੁਣ ਕੋਈ ਬੱਚੀ ਆਏਗੀ ਯਾ ਕੌੜਾ ਘੁੱਟ ਮੇਰੇ ਹੀ ਫੜੋਗੇ ਅੱਲਾ ਜਾਣੇ ਇੰਤਜ਼ਾਮੀਆਂ ਤੇ ਤੂੰ ਹੀ ਇੱਥੋਂ ਦੀ ਪਤਾ ਨਹੀਂ ਕੀ ਹੋਣ ਡਿਆ ਬੇਵਕੂਫੋ ਮੇਰੇ ਆਉਣ ਨਾਲ ਤੁਹਾਨੂੰ ਐਸੀ ਐਸੀ ਬੱਚੀ ਲੱਭੇਗੀ ਤੁਹਾਡੀ ਸੋਚ ਹੋ ਸਕਦੀ ਸਬਕ ਤਾਂ ਕਰੋ ਨਾ ਅੱਛਾ ਏਡੀ ਕਾਲੀ ਨਾ ਉਹਦੀ ਦੇਰ ਨੂੰ ਤੁਸੀਂ ਇਹ ਲੋ ਸੂਪ ਪੀਓ ਓਏ ਜਰਾ ਦੋ ਹੱਥ ਮਾਰ ਲੈ ਦੋ ਹੱਥ ਮਾਰਨੇ ਹੁੰਦੇ ਇੱਥੇ ਆਉਂਦਾ ਮੈਂ ਸਾਡੀ ਦੇਰ ਹੋ ਗਈ ਭਾਈ ਲੱਤਾਂ ਜੋੜ ਕੇ ਬਹਿ ਸਲਵਾਰ ਪਾਟੀ ਹੈ ਤੇ ਲੱਤਾਂ ਜੋੜ ਜੋ ਤੇਰਾ ਨਸੀਬ ਉਹ ਖਾਨਾ ਖਰਾਬੋ ਤੁਹਾਨੂੰ ਕਿਹਾ ਮੁਜਰਾ ਵਿਖਾਓ ਤੁਸੀਂ ਕੁਸ਼ਤੀਆਂ ਵਿਖਾਣ ਡੇ ਮੈਨੂੰ